ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 8ਵੀਂ ਕਲਾਸ ਦੀ ਵਿਗਿਆਨ ਦਾ ਪਾਠ ਦੂਜਾ ਸੁਖਮ ਜੀਵ ਮਿੱਤਰ ਅਤੇ ਦੁਸ਼ਮਣ ਦੇ ਪ੍ਰਸ਼ਨ ਉੱਤਰ ਕਰਾਂਗੇ ਇਹ ਵੀਡੀਓ ਦੇ ਅਸੀਂ ਖਾਲੀ ਥਾਵਾਂ ਪ੍ਰਸ਼ਨ ਉੱਤਰ ਸਹੀ ਗਲਤ ਸਾਰਾ ਕੁਝ ਕਰਾਂਗੇ ਇਸ ਵੀਡੀਓ ਨੂੰ ਇਸ ਕਰਕੇ ਤੁਸੀਂ ਪੂਰੀ ਜਰੂਰ ਦੇਖਣਾ ਹੈ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਖਾਲੀ ਥਾਵਾਂ ਭਰੋ ਪ੍ਰਸ਼ਨ ਨੰਬਰ 1 ਸੁਖਮ ਜੀਵ ਡੈਸ਼ ਦੀ ਸਹਾਇਤਾ ਨਾਲ ਦੇਖੇ ਜਾ ਸਕਦੇ ਹਨ ਜਿਹੜੀ ਸੁਖਮ ਜੀਵਾਂ ਨੂੰ ਦੇਖਣ ਲਈ ਯੰਤਰ ਵਰਤਿਆ ਜਾਂਦਾ ਹੈ ਉਹਨੂੰ ਕਹਿੰਦੇ ਨੇ ਸੁਖਮਦਰਸ਼ੀ ਤਾਂ ਇਸ ਕਰਕੇ ਸੁਖਮਦਰਸ਼ੀ ਸਾਡਾ ਸਹੀ ਜਵਾਬ ਹੋਵੇਗਾ ਤੇ ਪ੍ਰਸ਼ਨ ਨੰਬਰ 2 ਨੀਲੀ ਹਰੀਕਾਈ ਡੈਸ਼ ਨੂੰ ਸਿੱਧਾ ਹੀ ਹਵਾ ਵਿੱਚੋਂ ਸਥਿਰੀਕਰਨ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਤੈਨ ਦਾ ਸਹੀ ਜਵਾਬ ਹੈ ਜਿਹੜੀ ਨਾਈਟ੍ਰੋਜਨ ਜਿਹੜੀ ਨੀਲੀ ਹਰੀ ਗੈਸ ਹੈ ਨਾਈਟ੍ਰੋਜਨ ਨੂੰ ਹਵਾ ਵਿੱਚੋਂ ਸਥਿਰੀਕਰਨ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ। ਨੰਬਰ 3 ਅਲਕੋਹਲ ਡੈਸ਼ ਦੀ ਮਦਦ ਨਾਲ ਤਿਆਰ ਕੀਤੀ ਜਾਂਦੀ ਹੈ। ਅਲਕੋਹਲ ਜਿਹੜੀ ਖਮੀਰ ਦੀ ਮਦਦ ਨਾਲ ਤਿਆਰ ਕੀਤੀ ਜਾਂਦੀ ਹੈ ਇਹਨੂੰ ਅਸੀਂ ਜੀਸਟ ਵੀ ਕਹਿੰਦੇ ਹਾਂ। ਨੰਬਰ 4 ਹੈ ਜਾਂ ਡੈਸ਼ ਕਾਰਨ ਫੈਲਦਾ ਹੈ ਹੈ ਜਾਂ ਕਿਦੇ ਕਰਨ ਫੈਲਦਾ ਹੈ ਜਬਾਨੂਆਂ ਕਰਕੇ ਪ੍ਰਸ਼ਨ ਨੰਬਰ 1 ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਉ ਨੰਬਰ 1 ਖਮੀਰ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ ਇਹ ਅਸੀਂ ਪਹਿਲਾਂ ਵੀ ਕਰਿਆ ਹੈ ਇਹ ਦੀ ਵਰਤੋਂ ਸ਼ਰਾਬ ਲਈ ਕੀਤੀ ਜਾਂਦੀ ਹੈ ਚੀਨੀ ਖੰਡ ਸ਼ਰਾਬ ਹਾਈਡਰੋ ਹਾਈਡਰੋਕਲੋਰਿਕ ਐਸਿਡ ਤੇ ਆਕਸੀਜਨ ਇਹ ਗਲਤ ਨੇ ਤੇ ਸ਼ਰਾਬ ਬਿਲਕੁਲ ਸਹੀ ਹੈ ਇਹਦੇ ਵਿੱਚੋਂ ਆੜਾ ਇਹ ਲਿਖਿਆ ਵਿੱਚੋਂ ਕਿਹੜਾ ਪ੍ਰਤੀ ਜੈਵਿਕ ਦਵਾਈ ਹੈ ਸੋਡੀਅਮ ਕਾਰਬਾਈਕਾਰਬੋਨੇਟ ਸੈਪਰੇ ਸਟ੍ਰੈਪਟੋਮਾਈਸੀਨ ਐਲਕੋਹਲ ਜੇ ਸ਼ਰਾਬ ਖਮੀਰ ਇਹਨਾਂ ਵਿੱਚੋਂ ਜਿਹੜਾ ਸਟ੍ਰੈਪਟੋਮਾਈਸੀਨ ਇਹਦਾ ਨਾਮ ਜਿਹੜਾ ਤੁਹਾਨੂੰ ਬੱਚੋਂ ਮੁਸ਼ਕਲ ਲੱਗ ਰਿਹਾ ਹੋਣਾ ਇਹ ਯਾਦ ਕਰਨਾ ਪਏਗਾ ਤੁਹਾਨੂੰ ਸਟ੍ਰੈਪ ਟੋ ਮਾਈਸੀਨ ਇਹ ਸਹੀ ਹੈ ਇਹ ਪ੍ਰਤੀ ਜੈਵਿਕ ਦਵਾਈ ਹੈ ਨੰਬਰ 4 ਮਲੇਰੀਆ ਫਲਾਉਣ ਵਾਲੇ ਪ੍ਰੋਟੋਜ਼ੋਆ ਦਾ ਵਾਕ ਹੈ ਇਹਦੀਆਂ ਆਪਸ਼ਨ ਆ ਹੈ ਕਿ ਨੇ ਮੱਦਾ ਐਨਫਲੀਜ਼ ਮੱਛਰ ਕਾਗਰੋਜ ਕਰੇਲੂ ਮੱਖੀ ਤਿਤਲੀ ਤਾਂ ਜਿਹੜਾ ਮੱਦਾ ਐਨਫਲੀਜ਼ ਮੱਛਰ ਹੈ ਉਹ ਮਲੇਰੀਆ ਫਲਾਉਣ ਦਾ ਵਾਕ ਹੈ ਨੰਬਰ 4 ਸ਼ੂਤ ਦੇ ਰੋਗਾਂ ਦਾ ਆਮ ਵਾਹਕ ਹੈ ਸ਼ੂਤ ਦੇ ਰੋਗ ਕਿਹੜੇ ਕਰਕੇ ਫੈਲਦੇ ਨੇ ਕਰੇਲੂ ਮੱਖੀ ਕਰਕੇ ਇਹ ਕੀੜੀ ਕਰਕੇ ਬਿਲਕੁਲ ਨਹੀਂ ਫੈਲਦੇ ਪਤੰਗੇ ਕਰਕੇ ਮੱਕੜੀ ਕਰਕੇ ਇਹਨਾਂ ਕਰਕੇ ਨਹੀਂ ਫੈਲਦੇ ਜਿਹੜੀਆਂ ਮੱਖੀਆਂ ਨੇ ਸਾਨੂੰ ਪਹਿਲਾਂ ਵੀ ਸਿਖਾਇਆ ਜਾਂਦਾ ਹੈ ਕਿ ਇਹ ਕੂੜੇ ਕਰਕਟ ਤੇ ਬੈਠਦੀਆਂ ਨੇ ਤੇ ਸਾਡੇ ਖਾਣੇ ਤੇ ਆ ਕੇ ਬੈਠ ਜਾਂਦੀਆਂ ਨੇ ਤੇ ਬਿਮਾਰੀ ਫੈਲਾਉਂਦੀਆਂ ਨੇ ਇਸ ਕਰਕੇ ਕਰੇਲੂ ਮੱਖੀ ਇਹਦਾ ਸ਼ੂਤ ਦੇ ਰੋਗਾਂ ਦਾ ਆਮ ਵਾਹਕ ਹੈ ਨੰਬਰ 5 ਬ੍ਰਾਂਡ ਜਾਂ ਇਡਲੀ ਦੇ ਗੁੰਨ ਕੇ ਰੱਖੇ ਆਟੇ ਦੇ ਫੁੱਲਣ ਦਾ ਕਾਰਨ ਕੀ ਹੈ ਬਰੈਡ ਬਰੈਡ ਜਾਂ ਇਡਲੀ ਜਿਹੜੇ ਬਰੈਡ ਅਸੀਂ ਦੇਖਿਆ ਉਹ ਫੁੱਲ ਜਾਂਦਾ ਹੈ ਉਹ ਕਿਉਂ ਫੁੱਲਦਾ ਹੈ ਤਾਪ ਕਾਰਨ ਪੀਸਣ ਕਾਰਨ ਖਮੀਰ ਸੈੱਲਾਂ ਦਾ ਵਾਧਾ ਜਾਂ ਗੁੰਨਣ ਕਰਕੇ ਇਹਦਾ ਸਹੀ ਜਵਾਬ ਹੈ ਖਮੀਰ ਸੈੱਲਾਂ ਦਾ ਵਾਧਾ ਨੰਬਰ 6 ਖੰਡ ਦੇ ਅਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ ਨੰਬਰ 1 ਨਾਈਟ੍ਰੋਜਨ ਦਾ ਸਥਿਰੀਕਰਨ ਉਲੀ ਦਾ ਔਗਣਾ ਖਮੀਰੀਕਰਨ ਕਿਰਿਆ ਤੇ ਲਾਗਦਾ ਹੁਣ ਇਹਦਾ ਸਹੀ ਜਵਾਬ ਹੈ ਖਮੀਰਨ ਨਗਰਿਆ ਪ੍ਰਸ਼ਨ ਨੰਬਰ 4 ਕੀ ਸੁਖਮ ਜੀਵਾਂ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ ਜੇ ਨਹੀਂ ਤਾਂ ਇਹ ਕਿਵੇਂ ਦੇਖਿਆ ਜਾ ਸਕਦੇ ਹਨ ਤਾਂ ਇਹਦਾ ਬੱਚੇ ਤੁਹਾਨੂੰ ਜਿਆਦਾ ਹੋਣਾ ਅਸੀਂ ਉੱਤੇ ਇਹਦੀ ਖਾਲੀ ਥਾਂ ਵੀ ਕੀਤੀ ਹੈ ਤੇ ਉਹ ਤੁਸੀਂ ਜਿੱਤਿਆ ਨਾਲ ਸੁਣੀ ਹੋਊਗੀ ਤਾਂ ਤੁਹਾਨੂੰ ਬਿਲਕੁਲ ਸਹੀ ਜਵਾਬ ਯਾਦ ਹੋਵੇਗਾ ਤੇ ਇਹਦਾ ਸਹੀ ਜਵਾਬ ਹੈ ਇਸ ਨੂੰ ਅਸੀਂ ਨਹੀਂ ਦੇਖ ਸਕਦੇ ਨੰਗੀ ਅੱਖ ਨਾਲ ਤੇ ਸੁਖਮ ਜੀਵਾਂ ਨੂੰ ਸੁਖਮ ਦਰਸ਼ੀ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ। ਪ੍ਰਸ਼ਨ ਨੰਬਰ 5 ਸੁਖਮ ਜੀਵਾਂ ਦੇ ਮੁੱਖ ਵਰਗ ਕਿਹੜੇ-ਕਿਹੜੇ ਹਨ? ਉੱਤਰ ਜੀਵਾਣੂ, ਉਲੀ, ਪ੍ਰੋਟੋਜ਼ੋਆ, ਕਾਈ ਅਤੇ ਵਿਸ਼ਾਣੂ ਇਹ ਸੁਖਮ ਜੀਵਾਂ ਦੇ ਮੁੱਖ ਵਰਗ ਹਨ। ਪ੍ਰਸ਼ਨ ਨੰਬਰ 6 ਉਹਨਾਂ ਸੁਖਮ ਜੀਵਾਂ ਦੇ ਨਾਂ ਦੱਸੋ ਜੋ ਮਿੱਟੀ ਵਿੱਚੋਂ ਬਾਜੂ ਮੰਡਲੀ ਵਿਚਲੀ ਬਾਜੂ ਮੰਡਲ ਵਿਚਲੀ ਨਾਈਟ੍ਰੋਜਨ ਦਾ ਸਥਿਰੀਕਰਨ ਕਰਦੇ ਹਨ ਤੇ ਉਹਨਾਂ ਦੇ ਨਾਂ ਹੈਗੇ ਨੇ ਜੀਵਾਣੂ ਰਾਈਬੋ ਜੋ ਵੀ ਜੋ ਵੀ ਆਮ ਤੇ ਨੀਲੀ ਹਰੀ ਕਾਈ ਇਹ ਮਿੱਟੀ ਵਿੱਚੋਂ ਨਾਈਟ੍ਰੋਜਨ ਦਾ ਸਥਿਰੀਕਰਨ ਕਰਦੇ ਹਨ ਪ੍ਰਸ਼ਨ ਨੰਬਰ 7 ਸਾਡੇ ਜੀਵਨ ਵਿੱਚ ਸੁਖਮ ਜੀਵਾਂ ਦੇ ਉਪਯੋਗ ਬਾਰੇ 10 ਲਾਈਨਾਂ ਦੱਸੋ ਉੱਤਰ ਨੰਬਰ 1 ਸੁਖਮ ਜੀਵਾਂ ਦੀ ਵਰਤੋਂ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਹੈ ਨੰਬਰ 2 ਸੁਖਮ ਜੀਵਾਂ ਦੀ ਵਰਤੋਂ ਦੁੱਧ ਤੋਂ ਦਹੀਂ ਉਣਾਉਣ ਲਈ ਕੀਤੀ ਜਾਂਦੀ ਹੈ ਨੰਬਰ 3 ਸੁਖਮ ਜੀਵਾਂ ਦੀ ਵਰਤੋਂ ਪ੍ਰਤੀ ਜੈਵਿਕ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ ਨੰਬਰ 4 ਸੁਖਮ ਜੀਵਾਂ ਦੀ ਵਰਤੋਂ ਬੇਕਰੀ ਉਦਯੋਗ ਵਿੱਚ ਕੀਤੀ ਜਾਂਦੀ ਹੈ ਨੰਬਰ 5 ਸੁਖਮ ਜੀਵਾਂ ਦੀ ਵਰਤੋਂ ਟੀਕੇ ਬਣਾਉਣ ਲਈ ਕੀਤੀ ਜਾਂਦੀ ਹੈ। ਨੰਬਰ 6 ਸੁਖਮ ਜੀਵਾਂ ਦੀ ਵਰਤੋਂ ਦੇਸੀ ਖਾਦ ਬਣਾਉਣ ਲਈ ਕੀਤੀ ਜਾਂਦੀ ਹੈ। ਨੰਬਰ 7 ਸੁਖਮ ਜੀਵਾਂ ਦੀ ਵਰਤੋਂ ਨਾਈਟ੍ਰੋਜਨ ਥ੍ਰੀ ਕਰਨ ਲਈ ਕੀਤੀ ਜਾਂਦੀ ਹੈ। ਨੰਬਰ 8 ਸੁਖਮ ਜੀਵਾਂ ਦੀ ਵਰਤੋਂ ਸਿਰਕਾ ਆਦ ਬਣਾਉਣ ਲਈ ਕੀਤੀ ਜਾਂਦੀ ਹੈ। ਨੰਬਰ 9 ਸੁਖਮ ਜੀਵਾਂ ਦੀ ਵਰਤੋਂ ਖਮੀਰਨ ਕਿਰਿਆ ਵਿੱਚ ਕੀਤੀ ਜਾਂਦੀ ਹੈ। ਤੇ ਨੰਬਰ 10 ਸੁਖਮ ਜੀਵਾ ਸੰਜੀਵਾ ਦੀ ਰਹਿੰਦ ਖੂਨ ਦਾ ਆਪਘਟਨ ਕਰਕੇ ਵਾਤਾਵਰਨ ਨੂੰ ਸਾਫ ਕਰਦੇ ਹਨ ਪ੍ਰਸ਼ਨ ਸੁਖਮ ਜੀਵਾ ਦੁਆਰਾ ਹੋਣ ਵਾਲੀਆਂ ਹਾਨੀਆਂ ਦੀ ਵਿਆਖਿਆ ਕਰੋ ਉੱਤਰ ਕੁਝ ਸੁਖਮ ਜੀਵ ਭੋਜਨ ਨੂੰ ਖਰਾਬ ਕਰਦੇ ਹਨ ਇਹਨਾਂ ਦੀਆਂ ਹਾਨੀਆਂ ਨੇ ਜਿਹੜੀਆਂ ਭੋਜਨ ਨੂੰ ਖਰਾਬ ਕਰ ਦਿੰਦੇ ਨੇ ਤੇ ਇਹ ਮਨੁੱਖ ਵਿੱਚ ਬਿਮਾਰੀਆਂ ਫੈਲਾਉਂਦੇ ਹਨ ਜਿਵੇਂ ਹੈਜਾ ਟੀਬੀ ਮਲੇਰੀਆ ਆਦਿ ਕੁਝ ਸੁਖਮ ਜੀਵ ਜਾਨਵਰਾਂ ਵਿੱਚ ਬਿਮਾਰੀਆਂ ਫਲਾਉਂਦੇ ਹਨ ਜਿਵੇਂ ਮੂੰਹ ਖੁਰਾ ਮੂੰਹ ਖੁਰਾ ਅਥਰੇਕਟਸ ਆਦ। ਨੰਬਰ 4 ਕੁਝ ਸੁਖਮ ਜੀਵ ਪੌਦਿਆਂ ਵਿੱਚ ਬਿਮਾਰੀਆਂ ਫਲਾਉਂਦੇ ਹਨ ਜਿਵੇਂ ਕਣਕ ਦੀ ਕੁੰਗੀ ਸਟਰਸਕਰ ਆਦ। ਨੰਬਰ 5 ਕੁਝ ਸੁਖਮ ਜੀਵ ਚਮੜੇ ਤੋਂ ਬਣੀਆਂ ਵਸਤੂਆਂ ਨੂੰ ਖਰਾਬ ਕਰਦੇ ਹਨ। ਪ੍ਰਸ਼ਨ ਨੰਬਰ 9 ਪ੍ਰਤੀ ਜੈਵਿਕ ਦਵਾਈ ਕੀ ਹੈ? ਪ੍ਰਤੀ ਜੈਵਿਕ ਦਵਾਈਆਂ ਕੀ ਹਨ? ਪ੍ਰਤੀ ਜੈਵਿਕ ਦਵਾਈਆਂ ਲੈਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੇ ਇਹਦਾ ਸਾਰਾ ਅਸੀਂ ਉੱਤਰ ਕਰਦੇ ਹਾਂ ਉੱਤਰ ਉਹ ਦਵਾਈਆਂ ਜੋ ਬਿਮਾਰੀ ਫਲਾਉਣ ਵਾਲੇ ਸੁਖਮ ਜੀਵਾ ਨੂੰ ਜਾਂ ਤਾਂ ਮਾਰ ਦਿੰਦੀਆਂ ਹਨ ਜਾਂ ਉਹਨਾਂ ਦੇ ਵਾਧੇ ਨੂੰ ਰੋਕ ਦਿੰਦੀਆਂ ਹਨ ਜਿਵੇਂ ਸਟ੍ਰੈਪਟੋਮਾਈਸਿਨ ਟੈਟਰਾਸਾਈਕਲਿਨ ਪੈਨਸਿਲਿਨ ਆਦਿ ਪ੍ਰਤੀ ਜੈਵਿਕ ਦਵਾਈਆਂ ਕਿਸੇ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਹੀ ਲੈਣੀਆਂ ਚਾਹੀਦੀਆਂ ਹਨ ਅਤੇ ਕੋਰਸ ਪੂਰਾ ਕਰਨਾ ਚਾਹੀਦਾ ਹੈ ਜਦਾ ਲੰਮੇ ਸਮੇਂ ਤੱਕ ਇਹਨਾਂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੈ ਧੰਨਵਾਦ